ਸ੍ਰੀ ਹਰਿ ਸਿੰਘ ਆਏ ਬੋਲਾ ਜੀ ਸ੍ਰੀ ਜਿਨ੍ਹਾਂ ਗੁਰਮੁਖਾਂ ਨਾਮ ਜਪੇ ਹਵਨ ਸਿੱਖਿਆ ਦੇਹ ਚਲਾਈ ਤੇ ਵਾਰੀ ਘਰ ਦੇ ਸੁੱਤੇ ਚਾਰ ਘੜੀਆਂ ਚਲੇ ਵਨ ਨਾਮ ਬੁਲਾਏ ਨਾਰਾਇਣ ਚਲਵਾਏ ਗੁਰੂ ਨਾਨਕ ਸੇਵਾ ਸਾਧ ਕੁਰਬਾਨੀ ਕੀਤੀਆਂ ਤੇ ਆਪ ਸਿੰਘਾਂ ਸਿੰਘ ਨੇ ਆਪ ਦੁਨੀਆਂ ਦੀ ਕਮਾਈ ਦਾ ਧਿਆਨ ਖਾਲਸਾ ਜੀ ਸਾਹਿਬ ਬੋਲਾ ਜੀ ਸ੍ਰੀ ਸਿੱਖਾਂ ਜੀ ਮਹਾਰਾਜ ਜਿਹਾ ਜੀ ਲਿਖਿਆ ਤਿਆ ਹੁਕਮ ਕਮਾਏ ਥੱਲੇ ਆਏ ਨਾਨਕਾ ਸਿੱਧੀ ਉੱਠੀ ਜਾਏ ਮਹਾਂ ਬਾਕਾਮ ਸਾਹ ਸਦਾ ਸੁਜੀਤ ਸਿੰਘ ਜੀ ਸੰਸਾਰ ਯਾਤਰਾ ਕਰਦੇ ਹੋਏ ਸਿੱਖ ਸੰਗਤਾਂ ਨੂੰ ਫਿਰ ਬੁਲਟਾਵਾਂ ਹੋਈਆਂ ਸਤਿਗੁਰੂ ਜੀ ਪਿਤਾ ਦਾਮ ਤਲੀ ਭੂਤ ਕਰਨਾ ਸਵਰਗੀ ਆਤਮਾ ਆਪਦੇ ਚਰਨਾਂ 'ਚ ਰਲੀਨ ਪਾਉਣਾ ਆਵਾਗਮ ਦੇ ਚੱਕਰ ਤੋਂ ਉਠਾਉਣਾ ਹੋਈਆਂ ਕਮੀਆਂ ਹੋਈਆਂ ਦੋਸਤਾਂ ਜੀ ਪਰਿਵਾਰ ਦੇ ਸਿੱਧੇ ਮੇਰ ਪ੍ਰਿਆ ਚਰਚਨਾ ਗੁਰੂ ਘਰ ਦੀ ਸੇਵਾ ਨਾ ਮਰਨਾ ਪਿਆਰ ਕਮੀਆਂ ਸੁਲਤਾਨੀਆਂ ਕਰਸੇ ਗਜਾਨੇ ਵਿੱਚ ਮਹਾਨ ਪ੍ਰਾਪ ਸਾਰੀਆਂ ਦੇਗਾ ਆਪਦੇ ਦਰ ਪ੍ਰਮਾਣ ਪ੍ਰਵਾਨ ਹੋਇਆ ਸਾਹ ਪ੍ਰਵਰਤੇ ਜੋ ਸਦੇਵ ਸਵਰਦਾਰੀ ਨਾਮ ਰੂਪੇ ਅਲਾਈ ਹੁਕਮਨਾ ਵਿਸ਼ਵਾਸ ਕਰੋ ਜੀ ਆਜਾ ਸਿੰਘਾਂ ਕੁਰਤਾ ਕਰੋ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਬਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਲੇ ਸੋਹਣਿਆ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਤੁਹਾਡੀ ਮਹਾਰਾਜ ਸਤਿਗੁਰ ਆਇਓ ਸਰਨ ਕੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਮਾਰੀ ਸਤਿਗੁਰ ਆਇਓ ਸਰਨ ਕੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਲਾਹੇ ਮਾਰੀ ਸਾਧਵਕ ਸਿੰਧ ਸਦਾ ਮਿਲਵਾਨਾ ਸਾਵਣਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਣੀ ਦਾ ਫਰਮਾਨ ਹੈ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨ ਵਸਾਰੀਏ ਦੀ ਦੁਨੀਆਂ ਦੇ ਮਾਲਕ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਾਨੂੰ ਸਾਰੇ ਜੀਵਾਂ ਨੂੰ ਆਸਾ ਜੀ ਦੀ ਵਾਰ ਦੀ ਬਾਣੀ 'ਚ ਸਮਝਾਉਂਦੇ ਹਨ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਏ। ਜੋ ਵੀ ਪ੍ਰਾਣੀ ਇਸ ਦੁਨੀਆਂ 'ਤੇ ਆਇਆ ਉਸਨੇ ਇੱਕ ਨਾ ਇੱਕ ਦਿਨ ਜਾਣਾ ਵੀ ਜ਼ਰੂਰ ਹੈ। ਕੋਈ ਬਿਰਧ ਅਵਸਥਾ 'ਚ ਚਲਾ ਜਾਂਦਾ ਹੈ, ਕੋਈ ਪਰ ਜਵਾਨੀ 'ਚ ਚਲਾ ਜਾਂਦਾ ਹੈ, ਕੋਈ ਬਾਲ ਅਵਸਥਾ 'ਚ ਚਲਾ ਜਾਂਦਾ ਹੈ, ਅਤੇ ਕੁਛ ਪ੍ਰਾਣੀ ਐਸੇ ਵੀ ਹੁੰਦੇ ਹਨ। ਸਰਦਾਰ ਸੁਰਜੀਤ ਸਿੰਘ ਜੀ ਗਿੱਲ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਗੁਰੂ ਰੂਪ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਦੁੱਖ ਦਾ ਸਮਾਂ ਹੈ, ਬਾਪੂ ਜੀ ਸਾਨੂੰ ਸਦੀਵੀ ਕਾਲ ਲਈ ਵਿਛੋੜਾ ਦੇ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਆਪਦਾ ਚਲੇ। ਗੁਰੂ ਸਾਹਿਬ ਦਾ ਫਰਮਾਨ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਜੋ ਵੀ ਇਨਸਾਨ ਇਸ ਧਰਤੀ 'ਤੇ ਆਇਆ ਉਹਨੇ ਇੱਕ ਨਾ ਇੱਕ ਦਿਨ ਚਲੇ ਜਾਣਾ। ਬਾਪੂ ਜੀ ਨੂੰ ਜੋ ਗੁਰੂ ਸਾਹਿਬ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਉਹਦਾ ਭੁਗਤਾਨ ਕਰਦੇ ਹੋਏ ਗੁਰੂ ਚਰਨਾਂ 'ਚ ਆਵਰਾ ਚਿਆ। ਅੱਜ ਵੱਡਾ ਦੁੱਖ ਅਤੇ ਅਫਸੋਸ ਹੈ, ਬਾਪੂ ਜੀ ਦੇ ਜਾਣ ਨਾਲ ਜੋ ਪਰਿਵਾਰ ਨੂੰ ਦੁੱਖ ਔਰ ਘਾਟਾ ਪਿਆ, ਮੈਂ ਸਮਝਦਾ ਕਿ ਉਸ ਘਾਟੇ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਆਪਣੇ ਵੱਲੋਂ, ਆਪਣੀ ਕਾਂਗਰਸ ਪਾਰਟੀ ਵੱਲੋਂ, ਮੈਂਬਰ ਪਾਰਲੀਮੈਂਟ ਸਰਦਾਰ ਰਵਨੀਤ ਸਿੰਘ ਜੀ ਬਿੱਟੂ, ਸਰਦਾਰ ਕਮਲਜੀਤ ਸਿੰਘ ਜੀ ਕੜਵਲ ਸਾਹਿਬ ਜਿਨ੍ਹਾਂ ਨੇ ਅੱਜ ਆਉਣਾ ਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ, ਸਿਹਤ ਨਾ ਠੀਕ ਹੋਣ ਕਰਕੇ ਪਹੁੰਚ ਨਹੀਂ ਸਕੇ, ਸਰਦਾਰ ਸਰਬਜੀਤ ਸਿੰਘ ਜੀ ਟਹਿਣਾ ਸਾਹਿਬ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਨੇ, ਸਾਰਿਆਂ ਵੱਲੋਂ ਜਿੱਥੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ 'ਚ ਸ਼ਰੀਕ ਹੁੰਦਾ ਉੱਥੇ ਬਾਪੂ ਜੀ ਨੂੰ ਸ਼ਬਦ ਅਤੇ ਸਤਿਕਾਰ ਭੇਟ ਕਰਦਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਬੇਨਤੀ ਹੈ,
Oh,
ਦਿਨ ਚਾਰ ਅਪਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ ਰੰਗ ਮਾਣ ਲੈ ਪਿਆਰੇ ਆ ਜਾਂ ਜੋਗਣ ਨਾ ਹੁੰਦਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਦੀ ਰਾਨ ਹੰਬੀ ਵੰਜਾ ਡੂੰਬਣੀ ਰੋਵਾਂ ਚੀਂਦੀ ਬਾਣ ਕੀ ਨਾ ਸੁਣੀ ਗੰਠੜੀ ਅਗਣ ਚੱਲੀ ਬੰਨ ਮਨੁੱਖ ਨੂੰ ਜਿਹੜਾ ਜੀਵਨ ਮਿਲਿਆ ਹੈ ਕੁਝ ਸਮੇਂ ਵਾਸਤੇ ਮਿਲਿਆ ਅੱਖ ਸਤਨਾਮ ਸ੍ਰੀ ਗਰੀਬ ਨਿਵਾਜ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਅੰਮ੍ਰਿਤ ਬਾਣੀ ਦੀ ਵਰਖਾ ਕਰਦੇ ਨੇ ਹਰ ਰੋਜ਼ ਸੰਧਿਆ ਦੀ ਬਾਣੀ ਵਿੱਚ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਪ੍ਰਿਆ ਅਵਰ ਕਾਲ ਤੇਰੀ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਫਿਰ ਸਤਿਗੁਰੂ ਕਹਿੰਦੇ ਨੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਚਿਤ ਫਕੜੇ ਸਭ ਮੁਕਤੀ ਚੱਲੀ ਰਹਿਣ ਮਾਨੋ ਸਾਨੂੰ ਇਹ ਜੀਵਨ ਰੂਪੀ ਰਾਤ ਮਿਲੀ ਹੈ ਤੇ ਸਤਿਗੁਰ ਕਹਿੰਦੇ ਨੇ ਇਹ ਤਾਂ ਮੁੱਕ ਜਾਣੀ ਹੈ ਅੱਖ ਸਤਨਾਮ ਸ੍ਰੀ ਭਗਤ ਦੀ ਬਾਣੀ ਵਿੱਚ ਕਹਿੰਦੇ ਜਨਨੀ ਜਾਣਤ ਸੁੱਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੋ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਡਕ ਲਾਡ ਦਰ ਪੇਖਤ ਹੀ ਜਮ ਰਾਓ ਹਰਸ਼ੈ ਮਾਤਾ ਕਹਿੰਦੀ ਮੇਰਾ ਬੱਚਾ ਅੱਜ ਵੱਡਾ ਹੋ ਗਿਆ ਅੱਜ ਸਿਆਣਾ ਹੋ ਗਿਆ ਇੰਨੀ ਉਮਰ ਦਾ ਹੋ ਗਿਆ ਸਤਨਾਮ ਸਿੰਘ ਕੇਵਲ ਸਰੀਰ ਵਧਿਆ ਸਰੀਰ ਵੱਡਾ ਹੋਇਆ ਹੈ ਸਤਿਗੁਰੂ ਕਹਿੰਦੇ ਨੇ ਉਮਰ ਤਾਂ ਘੱਟ ਗਈ ਹੈ ਭਾਈ ਜਿੰਨਾ ਜੀਵਨ ਮਿਲਿਆ ਹੈ ਉਹਦੇ ਵਿੱਚੋਂ ਸਵਾਸ ਘੱਟ ਗਏ ਨੇ ਅਖੋ ਸਤਨਾਮ ਸ੍ਰੀ ਕਿਉਂਕਿ ਇਹ ਪ੍ਰਾਪਤ ਹੋਈ ਸਤਿਗੁਰ ਦੀ ਰਹਿਮਤ ਦੇ ਨਾਲ ਭਈ ਪ੍ਰਾਪਤ ਮਾਨੁਖ ਦੇ ਹੋਈ ਆ ਬੜਾ ਕੀਮਤੀ ਜਨਮ ਹੈ ਮਨੁੱਖਾ ਜਨਮ ਮਾਨਸ ਜਨਮ ਦੁਲੰਭ ਹੈ ਰੋਜ਼ ਨਾ ਬਾਰੰਬਾਰ ਜਿਉਂ ਬਣ ਫਲ ਪਾ ਕੇ ਪੋਹੀ ਗਿਰੈ ਮੋਰ ਨਾ ਲਾਗੈ ਡਾਰ ਸਤਿਗੁਰ ਕਹਿੰਦੇ ਬਾਰ ਬਾਰ ਨਹੀਂ ਮਿਲਣਾ ਇਹ ਸਮਾਂ ਤੈਨੂੰ ਮਿਲਿਆ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਪ੍ਰਿਆ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਨ ਵਾਸਤੇ ਇਹ ਜੀਵਨ ਮਿਲਿਆ ਅਖ ਸਤਨਾਮ ਸੀ ਜਿਹਨਾਂ ਨੇ ਸੰਭਾਲ ਲਿਆ ਉਹਨਾਂ ਦਾ ਜੀਵਨ ਸੰਭਲ ਗਿਆ ਸਵਰ ਗਿਆ ਅਖ ਸਤਨਾਮ ਸੀ ਜਿਹੜੇ ਅਜੇ ਅਵਸਲੇ ਨੇ ਵੀ ਅਜੇ ਕਿਹੜਾ ਸਮਾਂ ਹੋਇਆ ਅਜੇ ਤੇ ਵਾਰੀ ਨਹੀਂ ਆਈ ਅਜੇ ਤਾਂ ਅਸੀਂ ਖਾਣਾ ਪੀਣਾ ਅਜੇ ਤੇ ਸਾਨੂੰ ਸਮਾਂ ਮਿਲਣਾ ਚਾਹੀਦਾ ਅਖ ਸਤਨਾਮ ਸ੍ਰੀ ਸਤਿਗੁਰੂ ਕਹਿੰਦੇ ਨੇ ਪਿਆਰੇ ਆ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਤੇ ਵੇਲੇ ਦੀ ਵਿਚਾਰ ਹੀ ਕਰਦਾ ਰਹੇਗਾ ਫਿਰ ਭਗਤੀ ਕਦੋਂ ਕਰੇਗਾ ਅਖ ਸਤਨਾਮ ਸ੍ਰੀ ਵਾਹਿ ਕਿਉਂਕਿ ਜੀਵਨ ਮਿਲਿਆ ਦਸ ਪੜਾਅ ਨੇ ਇਸ ਜੀਵਨ ਦੇ ਮੇਰੇ ਸਤਿਗੁਰੂ ਨੇ ਕਿਹਾ ਸੰਸਾਰ ਵਿੱਚ ਜਦੋਂ ਤੂੰ ਆਇਆ ਸਾਰਿਆਂ ਤੋਂ ਪਹਿਲਾਂ ਤੇਰਾ ਮਾਤਾ ਦੇ ਦੁੱਧ ਨਾਲ ਪਿਆਰ ਬਣਿਆ ਅੱਖ ਸਤਨਾਮ ਸ੍ਰੀ ਦੂਜਿਆਂ ਤੇ ਪਰਮੇਸ਼ਰ ਦੀ ਨਾ ਜੀਵਨ ਤੇ ਪਰਮੇਸ਼ਰ ਨੇ ਦਿੱਤਾ ਇਹ ਸਵਾਸ ਪਰਮੇਸ਼ਰ ਨੇ ਦਿੱਤੇ ਨੇ ਇਹ ਜਨਮ ਪਰਮੇਸ਼ਰ ਨੇ ਦਿੱਤਾ ਪਰ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਕਹਿੰਦੇ ਜਦੋਂ ਤੂੰ ਸੰਸਾਰ ਤੇ ਆਇਆ ਤੇ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੀ ਅਵਸਥਾ ਦੂਜੇ ਮਾਏ ਬਾਪ ਕੀ ਸੁੱਧ ਦੂਜੀ ਅਵਸਥਾ ਹੋਈ ਤੇ ਤੈਨੂੰ ਮਾਤਾ ਪਿਤਾ ਬਾਰੇ ਗਿਆਨ ਹੋਇਆ ਸੋਝੀ ਹੋਈ ਸਮਝ ਆਈ ਤੀਜੇ ਭਈਆ ਭਾਬੀ ਦੇਵ ਤੀਜੀ ਅਵਸਥਾ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਭੈਣਾਂ ਭਰਾਵਾਂ ਬਾਰੇ ਜਾਣਕਾਰੀ ਮਿਲੀ ਅੱਖ ਸਤਨਾਮ ਸਿੰਘ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੇ ਜਾਤ ਸਤਵੇਂ ਸੰਗ ਕੀਆ ਘਰ ਵਾਸ
ਅੱਠਵੇਂ ਕਰੋੜ ਹੋਇਆ ਤਨ ਨਾਸ, ਨਾਵੇਂ ਧੌਲੇ ਉੱਤੇ ਸਾਰ, ਦਸਵੇਂ ਦਦਾ ਹੋਆ ਸੁਆ। ਇਹ ਦਸ ਅਵਸਥਾ ਮਨੁੱਖ ਦੇ ਜੀਵਨ ਦੀਆਂ ਸਤਿਗੁਰੂ ਕਹਿੰਦੇ ਨੇ, ਇਹ ਦਸੇ ਅਵਸਥਾ ਜਿਹੜੀਆਂ ਨੇ ਬੀਤ ਗਈਆਂ, ਖਾਣ ਪੀਣ ਵਿੱਚ ਤਾਹਾਂ ਹੀ ਰਹਿ ਗਈਆਂ ਨੇ। ਅੱਖ ਸਤਨਾਮ ਸਿਰੂਆ ਗਏ ਸੰਗੀਤ ਪੁਕਾਰੀ ਤਾਹਾ, ਉੱਡਿਆ ਹੰਸ ਦਸਾਏ ਰਾਹ। ਜੀਵਨ ਦੇ ਵਿੱਚੋਂ ਜਦੋਂ ਸਵਾਸ ਨਿਕਲ ਜਾਂਦੇ ਨੇ, ਸਰੀਰ ਦੇ ਵਿੱਚੋਂ ਜਦੋਂ ਸਵਾਸਾਂ ਰੂਪੀ ਪੂੰਜੀ ਖਤਮ ਹੋ ਜਾਂਦੀ ਹੈ, ਸੰਗੀ ਜਿਹੜੇ ਨੇ ਸ਼ਮਸ਼ਾਨ ਘਾਟ ਵਿੱਚ ਲੈ ਜਾਂਦੇ ਨੇ, ਸਰੀਰ ਨੂੰ ਜਦੋਂ ਆਪਾਂ ਸੰਸਕਾਰ ਕਰਦੇ ਨੇ, ਤੇ ਸਤਿਗੁਰ ਕਹਿੰਦੇ ਨੇ ਵਿੱਚੋਂ ਹੰਸ ਉੱਡਿਆ, ਅੱਖ ਸਤਨਾਮ ਸਿਰੂ। ਹੁਣ ਹੰਸ ਉੱਡਿਆ ਤੇ ਦੂਸਰਿਆਂ ਨੂੰ ਸਲਾਹ ਦਿੰਦਾ, ਪਰ ਉਹਦੀ ਆਵਾਜ਼ ਨਹੀਂ ਕਿਸੇ ਤੱਕ ਪਹੁੰਚਦੀ, ਅੱਖ ਸਤਨਾਮ ਸਿਰੂ, ਕਿਉਂਕਿ ਸਰੀਰ ਨਹੀਂ ਨਾ। ਸਰੀਰ ਹੁੰਦੀ ਤੇ ਆਵਾਜ਼ ਪਹੁੰਚਦੀ, ਜਦੋਂ ਸਰੀਰ ਸੀ ਉਦੋਂ ਬੋਲ ਕੇ ਦੱਸਿਆ ਨਹੀਂ, ਉਦੋਂ ਸਮਝਿਆ ਨਹੀਂ, ਨਾ ਆਪ ਸਮਝਿਆ, ਨਾ ਕਿਸੇ ਨੂੰ ਸਮਝਣ ਦੀ ਜਾਚ ਦੱਸੀ। ਹੁਣ ਸਤਿਗੁਰੂ ਕਹਿੰਦੇ ਨੇ ਉੱਡਿਆ ਹੰਸ ਦਸਾਏ ਰਾਹ, ਹੁਣ ਵਿੱਚੋਂ ਆਵਾਜ਼ਾਂ ਦਿੰਦਾ ਪਰ ਕਿਸੇ ਨੂੰ ਸੁਣਦਿਆਂ ਨਹੀਂ। ਅੱਖ ਸਤਨਾਮ ਸਤਨਾਮ ਸੁਣ ਲੈ, ਤੁਸੀਂ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਣਾ, ਮੈਂ ਆਪਣਾ ਜੀਵਨ ਐਵੇਂ ਗਵਾ ਦਿੱਤਾ, ਰਹਿਣ ਗਵਾਈ ਸੋਏ ਹੈ, ਉਸ ਗਵਾਇਆ ਤਾਰੇ ਇਹੋ ਜੈਸਾ ਜਨਮ ਹੈ, ਕੌਡੀ ਬਦਲੇ ਡਰ ਉੱਡਿਆ ਹੰਸ ਦਸਾਏ ਰਾਹ। ਪਰ ਸਾਧੂ ਕਹਿੰਦੇ ਮਿਲਕੀ ਉਹ ਸਦਾ ਆਇਆ ਗਿਆ ਮੋਇਆ ਨਾਉ, ਪਿੱਛੇ ਪਦਰ ਸਦੋ ਕਾਉ, ਨਾਨਕ ਮਾਨੋ ਕਰਮੰਦ ਪਿਆਰ ਵਾਜ ਗੁਰਾ ਗੁਰੂ ਗੁਰਬਾ ਸੰਸਾਰ। ਸਾਧੂ ਕਹਿੰਦੇ ਪਿਆਰ ਤੇ ਪਾਇਆ, ਪਰ ਪਹਿਲਾਂ ਮਾਤਾ ਦੇ ਦੁੱਖ ਨਾਲ ਪਾਇਆ, ਦੂਜਾ ਪਾਇਆ ਭੈਣ ਭਰਾਵਾਂ ਵਾਲੇ ਸਮਝ ਪਾ ਗਏ, ਤੀਜੇ ਭਈਆ ਭਾਬੀ ਦੇ ਵਿੱਚ ਉੱਥੇ ਪਿਆਰ ਨੂੰ ਬੰਨੀ ਜਿਹੜੀ ਇਹਨਾਂ ਖੇਡਾਂ ਦੇ ਵਿੱਚ ਹੀ ਰੁੱਝਿਆ ਰਿਹਾ। ਮਾਲਕ ਨਾਲ ਧਨ ਜੋਗਣ ਅਰ ਫੁੱਲਣਾ, ਇਹ ਜਿਹੜਾ ਜੀਵਨ ਮਿਲਿਆ, ਸਤਿਗੁਰ ਕਹਿੰਦੇ ਧਨ ਜੋਗਣ ਜਵਾਨੀ ਨੂੰ ਕਹਿੰਦੇ ਨੇ, ਧਨ ਪਦਾਰਥਾਂ ਨੂੰ ਕਹਿੰਦੇ ਨੇ, ਸਤਿਗੁਰ ਕਹਿੰਦੇ ਫੁੱਲੜਾ ਜਿਹੜਾ ਅਵਚਨ ਹੈ, ਇਹ ਸਤਿਗੁਰ ਕਹਿੰਦੇ ਸ਼ੋਭਾ ਵਡਿਆਈ ਨੂੰ ਕਿਹਾ ਗਿਆ। ਅੱਖ ਸਤਨਾਮ ਸਿਰ, ਇਹ ਕੇਵਲ ਚਾਰ ਦਿਨਾਂ ਦੀ ਖੇਡ ਹੈ। ਸਤਿਗੁਰ ਕਹਿੰਦੇ ਨੇ ਧਨ ਜੋਬਰ ਹਰ ਫੁੱਲੜਾ ਨਾਠੀਅੜੇ, ਨਾਠੀਅੜੇ ਦਾ ਭਾਵ ਇਹਨੇ ਚਲੇ ਜਾਣਾ, ਨੱਠ ਜਾਣਾ, ਸਦਾ ਨਹੀਂ ਰਹਿਣਾ। ਅੱਖ ਸਤਨਾਮ ਸਿਰ, ਨਾਠੀਅੜੇ ਦਿਨ ਚਾਰ, ਤੱਪਣ ਕੇਰ ਪੱਤ ਜਿਉ ਢਲ ਢੁਲ ਜੁੰਮਣ ਹਾਰ। ਆਪਾਂ ਵਹਿੰਦੇ ਹਾਂ ਆਪਣੇ ਵਹਿੰਦਿਆਂ ਵਹਿੰਦਿਆਂ ਵਰਿਕਸ਼ਾਂ ਦੇ ਉੱਤੇ, ਪੱਤਝੜ ਆਉਂਦੀ ਸਾਰੇ ਪੱਤੇ ਚੜ ਜਾਂਦੇ ਨੇ। ਅੱਖ ਸਤਨਾਮ ਸਿਰ, ਇਹ ਜਿੰਨੇ ਵੀ ਦ੍ਰਿਸ਼ਟਾਂਤ ਨੇ ਗੁਰੂ ਕੀ ਸਾਧ ਸੰਗਤ, ਕੇਵਲ ਮਨੁੱਖ ਨੂੰ ਸਮਝਾਉਣ ਵਾਸਤੇ ਨੇ, ਮਨੁੱਖ ਸਮਝਦਾ ਨਹੀਂ, ਮਨੁੱਖ ਨੂੰ ਸਮਝ ਦੇਣ ਵਾਸਤੇ ਇਹ ਸਾਰਾ ਕੁਝ ਸ੍ਰਿਸ਼ਟੀ ਦੇ ਵਿੱਚੋਂ ਸਾਨੂੰ ਮਿਲ ਸਕਦਾ ਮਿਲਦਾ ਹੈ, ਪਰ ਅਸੀਂ ਫਿਰ ਵੀ ਨਹੀਂ ਸਮਝਦੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੈਨੂੰ ਤੇ ਜੀਵਨ ਮਿਲਿਆ, ਧਿਆਨ ਤਾਰਾ ਜਾਣੇ ਨਾਹੀਂ ਮਰਨ ਵਿਚਾਰਾ, ਮਰਨਾ ਭੁੱਲ ਗਿਆ, ਪਰ ਮਰਨਾ ਤੇ ਸੱਚ ਹੈ ਨਾ। ਅੱਖ ਸਤਨਾਮ ਸਿਰ, ਜਿਉਣਾ ਝੂਠ ਹੈ, ਮਰਨਾ ਸੱਚ ਹੈ। ਇਹ ਭਾਈ ਮਰਦਾਨਾ ਜੀ ਨੂੰ ਦੇਖ ਕੇ ਸਤਿਗੁਰਾਂ ਨੇ ਪੁੱਛਿਆ ਸੀ, ਜਾ ਕੇ ਪੁੱਛ ਕੇ ਆ ਕੀ ਸੱਚ ਹੈ, ਇਸਦਾ ਜਵਾਬ ਕਿਸੇ ਤੋਂ ਆਇਆ ਹੀ ਨਹੀਂ। ਅੱਖ ਸਤਨਾਮ ਸਿਰੀ ਵਾਹਿ, ਸਤਨਾਮ ਸਿਰੀ ਵਾਹਿ, ਕਿਉਂਕਿ ਜੀਵਨ ਜਿਹੜਾ ਹੈ ਇਹ ਸਰੀਰੀ ਕਾਲ ਵਾਸਤੇ ਨਹੀਂ ਮਿਲਿਆ, ਇਹ ਕੁਝ ਸਮੇਂ ਵਾਸਤੇ ਮਿਲਿਆ। ਇਸ ਕਰਕੇ ਝੂਠ ਹੈ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਨੀਤ, ਕਹਿ ਨਾਨਕ ਥਿਰ ਨਾਲ ਹੈ ਜਿਉਂ ਬਾਲੂ ਕੀ ਭੀਤ। ਪ੍ਰਮਾਣਿਕ ਤੌਰ ਤੇ ਸਤਿਗੁਰ ਸਾਨੂੰ ਦੱਸਣਾ ਕਰਦੇ ਨੇ ਵੀ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ। ਸਾਰਾ ਸੰਸਾਰ ਹੀ ਚਲਾਏ ਮਾਨ ਹੈ,
ਕੋਈ ਐਸੀ ਵਸਤੂ ਦਿਸਦੀ ਨਹੀਂ ਜਿਹੜੀ ਸਦੀਵੀ ਕਾਲ ਵਾਸਤੇ ਰਹਿੰਦੀ ਹੋਵੇ, ਕੋਈ ਨਹੀਂ ਰਹਿ ਸਕਦੀ। ਕੇਵਲ ਇੱਕੋ ਹੀ ਪ੍ਰਮਾਣ ਹੈ, ਗੁਰੂ ਕੀ ਬਾਣੀ ਸਾਨੂੰ ਸੰਦੇਸ਼ ਦਿੰਦੀ ਹੈ, ਸੇਧ ਬਖਸ਼ਦੀ ਹੈ ਵੀ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ। ਗੁਰਮੰਤ ਸਦੀਵੀ ਕਾਲ ਵਾਸਤੇ ਕੇਵਲ ਮਾਲਕ ਦਾ ਨਾਮ, ਕੇਵਲ ਪਰਮੇਸ਼ਰ ਹੈ, ਉਹ ਆਪ ਅਟਲ ਹੈ, ਉਹਦਾ ਨਾਮ ਜਪਣ ਵਾਲੇ ਉਹਨਾਂ ਦਾ ਨਾਮ ਰਹਿੰਦਾ। ਨਹੀਂ ਤੇ ਦੁਨੀਆਂ ਤੇ ਕੁਝ ਸਮੇਂ ਵਾਸਤੇ ਕੋਈ ਯਾਦ ਕਰਦਾ ਆ ਗਿਆ, ਜਦੋਂ ਆਵਾਜ਼ ਆ ਗਈ ਉਦੋਂ ਜਾਣਾ ਪੈਣਾ। ਆਖੋ ਸਤਨਾਮ ਸ੍ਰੀ ਵਾਹਿ। ਜੀਵਨ ਤੇ ਇੰਨਾ ਕੁ ਹੈ ਪਰ ਮਨੁੱਖ ਨੇ ਬੜੀਆਂ ਲੰਬੀਆਂ ਉਡੀਕਾਂ ਲਾਈਆਂ। ਆਖੋ ਸਤਨਾਮ ਸ੍ਰੀ ਵਾਹਿ। ਸਤਿਗੁਰ ਕਹਿੰਦੇ ਨੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ, ਉਹ ਚਲੇ ਗਏ ਨੇ ਹਮ ਵੀ ਵੰਜਾ ਡੁੰਬਣੀ। ਸਤਿਗੁਰ ਕਹਿੰਦੇ ਨੇ ਆਪਾਂ ਵੀ ਚਲੇ ਜਾਣਾ। ਰੋਵਾ ਚੀਣੀ ਬਾਣ, ਕੇਵਲ ਰੋਣਾ ਇਸ ਗੱਲ ਦਾ ਹੈ ਵੀ ਸੰਸਾਰ ਤੇ ਆਇਆ, ਪਤਾ ਨੀ ਕਿਉਂ ਨੀ ਇਸ ਚੀਜ਼ ਦਾ ਚੇਤਾ ਆਇਆ, ਪਰਮੇਸ਼ਰ ਨੂੰ ਯਾਦ ਹੀ ਨਹੀਂ ਕੀਤਾ। ਆਖੋ ਸਤਨਾਮ ਸ੍ਰੀ ਵਾਹਿ। ਕਰਦਿਆਂ ਕਰਦਿਆਂ ਜੇਕਰ ਜੀਵਨ ਸਫਲ, ਜੇ ਜੀਵਨ ਬਤੀਤ ਹੁੰਦਾ ਹੈ ਤੇ ਮਾਲਕ ਦੀ ਕਿਰਪਾ ਦੇ ਨਾਲ ਉਹ ਜੀਵਨ ਸਫਲ ਗਿਣਿਆ ਜਾਏਗਾ। ਆਖੋ ਸਤਨਾਮ ਸ੍ਰੀ ਵਾਹਿ। ਨਹੀਂ ਸਮਾਂ ਤੇ ਲੰਘ ਜਾਣਾ ਹੈ, ਸਮੇਂ ਨੇ ਖਤਮ ਹੋ ਜਾਣਾ ਹੈ ਜੇਕਰ ਉਸ ਸਮੇਂ ਨੂੰ ਸਫਲਾ ਨਾ ਕੀਤਾ ਤੇ। ਆਖੋ ਸਤਨਾਮ ਸ੍ਰੀ ਵਾਹਿ। ਸਫਲਾ ਕਿਵੇਂ ਹੋਏਗਾ? ਸਫਲਾ ਹੋਏਗਾ ਸਤ ਸੰਗਤ ਕਰਕੇ, ਸ਼ੁਭ ਕਰਮ ਕਰਕੇ, ਮਾਲਕ ਦੀ ਯਾਦ ਵਿੱਚ ਜੁੜ ਕੇ, ਭਲਾ ਕਰਕੇ, ਕਿਸੇ ਨੇਤਾਣੀ ਦਾ ਕਿਸੇ ਗਰੀਬ ਦਾ ਭਲਾ ਕਰਨਾ। ਦੁਨੀਆਂ ਰਹਿੰਦੀ ਤੱਕ ਉਹਨੂੰ ਜੀਵਨ ਦੁਨੀਆਂ ਯਾਦ ਕਰਦੀ। ਆਖੋ ਸਤਨਾਮ ਸ੍ਰੀ ਵਾਹਿ। ਇਸੇ ਤਰ੍ਹਾਂ ਗੁਰਮੁਖ ਪਰਿਵਾਰ ਜਿਹਨਾਂ ਨੇ ਕੱਲ੍ਹ ਦੱਸਿਆ ਸਰਦਾਰ ਸੁਰਜੀਤ ਸਿੰਘ ਬਾਰੇ, ਕਹਿੰਦੇ ਵੀ ਥੋੜ੍ਹਾ ਜਿਹਾ ਹੀ ਸਮਾਂ ਲੱਗਿਆ, ਥੋੜ੍ਹੇ ਜਿਹੇ ਢਿੱਲੇ ਬੈਠੇ ਹੋਏ ਨੇ, ਬਸ ਆਪਾਂ ਹੀ ਕਹਿ ਸਕਦੇ ਹਾਂ ਵੀ ਇੱਕ ਬਹਾਨਾ ਹੈ। ਆਖੋ ਸਤਨਾਮ ਸ੍ਰੀ ਵਾਹਿ। ਤੇ ਬਣਦਾ ਬਹਾਨਾ ਹੀ ਹੈ ਗੁਰੂ ਕੀ ਸਾਧ ਸੰਗਤ, ਜਦੋਂ ਸਦਾ ਆਉਂਦਾ ਹੈ ਉਦੋਂ ਕੋਈ ਨਾ ਕੋਈ ਬਹਾਨਾ ਬਣਦਾ। ਸੋ ਗੁਰੂ ਕੀ ਸਾਧ ਸੰਗਤ ਇਹ ਜੀਵਨ ਹੈ ਮਨੁੱਖ ਦਾ, ਰੰਗ ਮਾਣ ਲਾ ਪਿਆਰਿਆ ਜਾਂ ਜੋ ਬਣ ਨਾ ਹੁੱਲਾ। ਨੌ ਹੁੱਲਾ ਦਾ ਭਾਵ ਹੈ ਨਵਾਂ ਨਵੇਲਾ, ਇਹ ਮਨੁੱਖਾ ਜਨਮ ਤੈਨੂੰ ਮਿਲਿਆ ਹੈ ਬੜੇ ਸਮੇਂ ਦੇ ਬਾਅਦ। ਚਬ ਰਾਸ਼ੀ ਲੱਖ ਤੇ ਨਹੀਂ ਇਸ਼ਾਰਾ ਕਰ ਰਹੇ, ਦੁਨੀਆਂ ਦੇ ਰੰਗਾਂ ਰਸਾਂ ਦੇ ਵਿੱਚ ਪੈਣ ਵਾਸਤੇ ਨਹੀਂ ਕਰ ਰਹੇ। ਰੰਗ ਮੰਨਣੇ ਨੇ ਮਾਲਕ ਦੇ ਨਾਮ ਦੇ ਨਾਲ, ਲਾਲ ਰੰਗ ਤਿਸ ਕੋ ਲੱਗਾ ਜਿਸ ਕਹਿ ਬੜਭਾਗਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ। ਉਹ ਬੜਭਾਗੀ ਬਣ ਜਾਂਦੇ ਨੇ, ਉਹ ਵੱਡਿਆ ਭਾਗਾਂ ਵਾਲੇ ਬਣ ਗਿਆ ਜਿਹਨੂੰ ਰੰਗ ਚੜ ਗਿਆ ਮਾਲਕ ਦੇ ਨਾਮ ਦਾ। ਉਹਨੇ ਮਾਲਕ ਦੇ ਨਾਮ ਦਾ ਰੰਗ ਮਾਣ ਲਿਆ, ਉਹਦੇ ਕੋਲ ਸਾਰੀਆਂ ਖੁਸ਼ੀਆਂ ਆ ਗਈਆਂ। ਆਖੋ ਸਤਨਾਮ ਸ੍ਰੀ ਵਾਹਿ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਆਨੰਦ ਸਾਹਿਬ ਦੇ ਵਿੱਚ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਉਦੋਂ ਆਉਂਦਾ ਹੈ ਜਦੋਂ ਸਤਿਗੁਰ ਦੇ ਨਾਲ ਮਿਲਾਪ ਹੁੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿ। ਵੈਸੇ ਦੁਨੀਆਂ ਦੇ ਬਹੁਤ ਪਦਾਰਥ ਬੰਦਾ ਛੱਡਦਾ, ਬਹੁਤ ਕੁਝ ਵੇਖਦਾ, ਬਹੁਤ ਕੁਝ ਪ੍ਰਸੰਨਤਾ ਨਹੀਂ ਹੁੰਦੀ, ਇੰਨਾ ਹਿਰਦੇ ਨੂੰ ਖੇੜਾ ਨਹੀਂ ਮਿਲਦਾ ਜਿੰਨਾ ਗੁਰੂ ਦੇ ਨਾਲ ਮਿਲ ਕੇ ਮਿਲਦਾ। ਆਖੋ ਸਤਨਾਮ ਸ੍ਰੀ ਵਾਹਿ। ਕਿਉਂਕਿ ਸੰਸਾਰ ਦੇ ਜਿੰਨੇ ਵੀ ਸਵਾਦ ਨੇ ਕੇਵਲ ਸਰੀਰ ਤੱਕ ਸੀਮਤ ਨੇ। ਆਖੋ ਸਤਨਾਮ ਸ੍ਰੀ ਵਾਹਿ। ਭੋਗ ਜਿਹੜੇ ਨੇ ਭੋਗੇ ਜਾਂਦੇ ਨੇ ਉਹ ਕੇਵਲ ਸੰਸਾਰ ਤੱਕ ਸੀਮਤ ਹੈ, ਜਿੰਨਾ ਜਿੰਨੀ ਦੇਰ ਸਰੀਰ ਹੈ ਉਨੀ ਦੇਰ ਤੱਕ ਉਹ ਸੀਮਤ ਨੇ। ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹ ਨਾਲ ਚਲਾ ਜਾਂਦਾ, ਇਹ ਪਰਮੇਸ਼ਰ ਦੇ ਘਰ ਵਿੱਚ ਲੈ ਕੇ ਜਾਂਦਾ। ਕੇਵਲ ਗੁਰੂ ਦਾ ਬਚਨ ਹੀ ਨਾਲ ਵਸਦਾ ਹੈ, ਹੋਰ ਕੋਈ ਚੀਜ਼ ਵਸਤੂ ਨਾਲ ਰਹਿ ਨਹੀਂ ਸਕਦੀ। ਇਸੇ ਤਰ੍ਹਾਂ ਇਸੇ ਕਰਕੇ ਤੇ ਸਤਿਗੁਰ ਨੇ ਭਾਈ ਗੁਰੀ ਚੰਦ ਨੂੰ ਇੱਕ ਸੂਈ ਦੇ ਕੇ ਕਿਹਾ ਸੀ ਤੇ ਰੱਖ ਲੈ ਇਹ ਮੇਰੇ ਕੋਲ, ਅਸੀਂ ਅਗਲੀ ਦਰਗਾਹ ਵਿੱਚ ਰਹਿਣੀ। ਆਖੋ ਸਤਨਾਮ ਸ੍ਰੀ ਵਾਹਿ।
ਕਿਉਂ ਕਿਹਾ? ਕਿਉਂਕਿ ਜਦੋਂ ਸਤਿਗੁਰੂ ਉਹਦੇ ਕੋਲ ਜਾ ਕੇ ਰਹੇ ਤੇ ਉਹਦੇ ਘਰ ਦੇ ਉੱਪਰ ਸੱਤ ਝੰਡੇ ਝੁਲ ਗਏ ਸਨ। ਸਤਿਨਾਮ ਸ੍ਰੀ ਸਤਿਗੁਰਾਂ ਨੇ ਪੁੱਛਿਆ ਕੀਤਾ ਹੈ ਕੀ ਲਾਇਆ ਹੋਇਆ, ਕਿਉਂ ਲਾਏ ਹੋਏ ਨੇ? ਤੇ ਉਹਨੇ ਇਸ਼ਾਰੇ ਮਾਤਰ ਕਹਿ ਕਰ ਮਹਾਰਾਜ ਜਿਹਦੇ ਕੋਲ ਨਹੀਂ ਕੋਈ ਕਰੋੜ ਉਡਾਏ ਝੰਡਾ ਲੱਗ ਜਾਂਦਾ, ਹੁਣ ਮੇਰੇ ਸੱਤ ਝੰਡੇ ਲੱਗੇ ਨੇ ਤੁਸੀਂ ਆਪੇ ਸਮਝ ਲਓ। ਤੇ ਸਤਿਗੁਰ ਕਹਿਣ ਲੱਗੇ ਮੇਰੇ ਦੇ ਵਿੱਚੋਂ ਕੋਈ ਗੁਣਦਾਨ ਨਹੀਂ ਕਰਿਆ ਕਰ, ਕੁਝ ਕਰਦਾ ਹੈ ਗੱਲਾਂ ਬਾਤਾਂ ਦੇ ਵਿੱਚ ਟਾਈਮ ਪਾਸ ਹੋ ਗਿਆ, ਲੰਘ ਗਿਆ। ਜਦੋਂ ਸਤਿਗੁਰ ਚੱਲਣ ਵਾਸਤੇ ਵਿਦਿਆ ਹੋਣ ਲੱਗੀ ਤੇ ਸਤਿਗੁਰਾਂ ਨੂੰ ਤਾਂ ਪਤਾ ਸੀ ਵੀ ਇਹਨੇ ਸਮਝਿਆ ਕੁਛ ਨਹੀਂ, ਆਖੋ ਸਤਿਨਾਮ ਸੀ, ਕੇਵਲ ਆਪਣੀ ਮਾਇਆ ਦੇ ਵਿੱਚ ਹੀ ਖੇਡ ਰਿਹਾ। ਤੇ ਸਤਿਗੁਰਾਂ ਨੇ ਤਾਂ ਸੂਈ ਦਿੱਤੀ ਵੀ ਇਹਨੂੰ ਕੋਲ ਰੱਖ, ਜਦੋਂ ਦਰਗਾਹ ਦੇ ਵਿੱਚ ਜਾਵਾਂਗੇ ਤੇਰੇ ਕੋਲ ਲੈ ਲਵਾਂ। ਸਸੋ ਮਨ ਵਿੱਚ ਰੱਖ ਤਾਂ ਲਈ, ਸਮਝਦੀ ਸੀ, ਧਰਵਾਲੀ ਬੜੀ ਪਿਆਰ ਵਾਲੀ ਸੀ। ਜਦੋਂ ਸਤਿਗੁਰ ਵਿਦਿਆ ਹੋਏ ਤੇ ਕਹਿਣ ਲੱਗੀ ਮਹਾਰਾਜ ਮੈਨੂੰ ਵੀ ਦੱਸੋ ਸਤਿਗੁਰ ਤੁਹਾਨੂੰ ਕੀ ਦੇ ਕੇ ਗਏ? ਕਹਿਣ ਲੱਗਾ ਮੈਨੂੰ ਸਮਝ ਸੁਣ ਨਹੀਂ ਆਈ, ਮੈਨੂੰ ਸੂਈ ਦੇ ਗਏ ਨੇ, ਕਹਿ ਗਏ ਅਗਲੀ ਦਰਗਾਹ ਵਿੱਚ ਤੇਰੇ ਕੋਲ ਲੈ ਲਵਾਂ। ਤੇ ਉਹ ਬੜੀ ਸਿਆਣੀ ਸੀ, ਸਤਸੰਗੀ ਸੀ, ਸਮਝ ਵਾਲੀ ਸੀ, ਕਹਿਣ ਲੱਗੀ ਜਾ, ਸਮਝ ਨਹੀਂ ਆਈ? ਨਾਲ ਦੇ ਸਤਿਗੁਰਾਂ ਨੇ ਸੱਚ ਦੇ ਮਾਰਗ ਤੇ ਤੁਰਨਾ ਕੀਤਾ। ਬਸ ਇੰਨੀ ਕੁ ਦੇਰ ਹੈ, ਗਿਆਨ ਇੰਨੀ ਕੁ ਦੇਰ ਵਿੱਚ ਹੀ ਮਿਲ ਜਾਂਦਾ ਹੈ ਜੇ ਕੋਈ ਸਮਝਣਾ ਚਾਹੁੰਦਾ ਹੈ। ਤੇ ਆਖੋ ਸਤਨਾਮ ਸ੍ਰੀ ਅਕਾਲ। ਸਮਾਂ ਬਹੁਤ ਹੋ ਚੁੱਕਿਆ ਹੈ, ਪੌਣੇ 2 ਵਜੇ ਸਮਾਪਤੀ ਕਰਨ ਦਾ ਸਮਾਂ ਸੀ, 5 ਮਿੰਟ ਉੱਤੇ ਲੰਘ ਗਏ। ਸੰਸਾਰ ਦੇ ਪੇਕਾ ਘਰ, ਆਖੋ ਸਤਨਾਮ ਸ੍ਰੀ ਅਕਾਲ। ਜਦੋਂ ਪਰਮੇਸ਼ਰ ਦੇ ਘਰ ਵਿੱਚ ਜਾਣਾ ਉਹ ਸਹੁਰਾ ਘਰ, ਤੇ ਜਦੋਂ ਸਹੁਰੇ ਘਰ ਵਿੱਚ ਕੋਈ ਬੱਚੀ ਜਾਂਦੀ ਹੈ ਨਾ ਗੁਰੂ ਕੀ ਸਾਧ ਸੰਗਤ, ਉੱਥੇ ਹੀ ਪਤਾ ਲੱਗਦਾ ਜਾ ਕੇ ਵੀ ਇਹਨੇ ਗੁਣ ਕਿੰਨੇ ਸਿੱਖੇ ਨੇ, ਆਖੋ ਸਤਨਾਮ ਸ੍ਰੀ ਅਕਾਲ, ਕਿੰਨੇ ਗੁਣ ਪ੍ਰਾਪਤ ਕੀਤੇ। ਉੱਥੇ ਕਦਰ ਪੈਂਦੀ ਹੈ, ਜਿਹਨੇ ਸ਼ੁਭ ਗੁਣ ਹਾਸਲ ਕੀਤੇ ਨੇ ਉਸ ਬੱਚੀ ਦਾ ਸਤਿਕਾਰ ਹੁੰਦਾ, ਉਹਨੂੰ ਮਾਨ ਸਤਿਕਾਰ ਮਿਲਦਾ। ਜਦੋਂ ਗੁਣਾਂ ਦਾ ਪਤਾ ਲੱਗਦਾ ਹੈ ਇਹਦੇ ਕੋਲ ਕੋਈ ਗੁਣ ਨਹੀਂ, ਉਹਦੇ ਮਾਤਾ ਪਿਤਾ ਨੂੰ ਵੀ ਬੁਲਾਂਬੇ ਮਿਲਦੇ ਨੇ, ਆਖੋ ਸਤਨਾਮ ਸ੍ਰੀ ਅਕਾਲ। ਬਸ ਇੰਨਾ ਕੁ ਟੁੱਕ ਬਚਨ ਸਮਝ ਲੈਣਾ ਕਿ ਸੰਸਾਰ ਜਿਹੜਾ ਟੇਕਾ ਕਰ, ਜਦੋਂ ਸਹੁਰੇ ਘਰ ਜਾਣਾ ਹੈ ਉੱਥੇ ਵੀ ਜਾ ਕੇ ਪੁੱਛਿਆ ਜਾਣਾ ਹੈ ਸੰਸਾਰ ਵਿੱਚ ਰਹਿ ਕੇ ਕਿੰਨੇ ਸੁੱਖ ਗੁਣ ਸਿੱਖੇ, ਕਿੰਨਾ ਕੁਝ ਪ੍ਰਾਪਤ ਕੀਤਾ ਹੈ, ਉੱਥੇ ਵੀ ਲੇਖਾ ਹੋਣਾ ਹੈ, ਆਖੋ ਸਤਨਾਮ ਸ੍ਰੀ ਵਾਹਿ। ਸੋ ਗੁਰੂ ਕੀ ਸਾਧ ਸੰਗਤ, ਜਦੋਂ ਪਰਮੇਸ਼ਵਰ ਦੀ ਦਰਗਾਹ ਵਿੱਚ ਪਹੁੰਚਣਾ ਹੈ ਉੱਥੇ ਪਤਾ ਲੱਗਣਾ ਹੈ ਕਿੰਨੇ ਗੁਣ ਸਿੱਖੇ ਨੇ, ਜਿਹਨਾਂ ਕੋਲ ਸੁੱਖ ਗੁਣਾਂ ਦਾ ਖਜ਼ਾਨਾ ਹੈ ਉਹ ਹਰ ਦਰਗੇ ਪਤਸ਼ਾਹ ਜਾਏਗਾ, ਉਹਨੂੰ ਮਾਨ ਮਿਲਦਾ, ਸਤਿਕਾਰ ਮਿਲਦਾ। ਇਹਨਾਂ ਨੇ ਸੰਸਾਰ ਵਿੱਚ ਰਹਿ ਕੇ ਕੇਵਲ ਭੋਗ ਹੀ ਭੋਗੇ ਨੇ, ਕੇਵਲ ਸਮਾਂ ਹੀ ਬਤੀਤ ਕੀਤਾ, ਕੇਵਲ ਜੀਵਨ ਹੀ ਲੰਘਾਇਆ ਹੈ। ਆਮ ਕਹਿ ਦਿੱਤਾ ਜਾਂਦਾ ਵੀ ਇਹ ਜੱਗ ਮਿੱਠਾ ਅੱਗਾ ਕਿਸ ਮਿੱਠਾ, ਆਖੋ ਸਤਨਾਮ ਸ੍ਰੀ ਅਕਾਲ। ਖਾਣ ਪੀਣ ਵਾਸਤੇ ਆਏ ਆ, ਖਾ ਪੀ ਲਓ, ਪਰ ਨਹੀਂ ਗੁਰੂ ਕੀ ਸਾਧ ਸੰਗਤ, ਖਾਣ ਪੀਣ ਵਾਸਤੇ ਤਾਂ ਪਰਮੇਸ਼ਵਰ ਨੇ ਸਾਨੂੰ ਨਾਲ ਹੀ ਦੇ ਦਿੱਤਾ ਹੈ। ਜਦੋਂ ਸੰਸਾਰ ਤੇ ਆਏ ਸਾਂ ਮਾਤਾ ਦੀ ਛਾਤੀ ਵਿੱਚ ਦੁੱਧ ਮਾਲਕ ਨੇ ਪਹਿਲਾਂ ਹੀ ਭੇਜ ਦਿੱਤਾ ਤੇਰਾ ਭੋਜਨ, ਉਸ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ। ਸੰਸਾਰ ਵਿੱਚ ਰਹਿਣ ਵਾਸਤੇ ਕੇਵਲ ਪੇਟ ਦੀ ਪੂਰਤੀ ਕਰਨ ਵਾਸਤੇ ਭੋਜਨ ਤੱਕ ਸੀਮਤ ਰਹਿਣਾ ਚਾਹੀਦਾ, ਬੰਦਗੀ ਕਰਨ ਵਾਸਤੇ ਜੀਵਨ ਮਿਲਿਆ, ਬੰਦਾ ਆਇਆ ਹੀ ਬੰਦਗੀ ਕਰਨ ਵਾਸਤੇ ਹੈ। ਇਹ ਸੁਨੇਹਾ ਹੈ ਸਤਿਗੁਰ ਦਾ, ਬਾਰ ਬਾਰ ਸਤਿਗੁਰ ਸਾਨੂੰ ਸਮਝਾਉਂਦੇ ਨੇ। ਕਬੀਰ ਸੂਤਾ ਕਿਆ ਕਰ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਵਣ ਹੋਏ ਲੋ ਲਾਂਡੇ ਲੋੜ ਪਸਾਰ, ਇੱਕ ਦਿਨ ਸੌ ਹੀ ਜਾਣਾ, ਆਖੋ ਸਤਨਾਮ ਸ੍ਰੀ ਅਕਾਲ। ਮੁੜ ਕੇ ਕਦੀ ਕਿਸੇ ਨੇ ਉਠਾਉਣਾ ਨਹੀਂ, ਜਦੋਂ ਸੌ ਗਿਆ ਸੋਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੌਣ ਹੋਏ ਉਹ ਲਾਂਬੇ ਗੋੜ ਪਸਾਰ, ਕਬੀਰ ਸੋਤਾ ਕਿਆ ਕਰੇ। ਸੁੱਤਾ ਪਿਆ ਇੱਕ ਦਿਨ ਗੋੜ ਦੇ ਵਿੱਚ, ਮੜੀ ਦੇ ਵਿੱਚ ਵਾਸਾ ਹੋਣਾ ਹੈ, ਫਿਰ ਸੁੱਖ ਦੇ ਨਾਲ ਕਿਉਂ ਸੌਣਾ, ਆਖ ਸਤਨਾਮ ਸੀ। ਸੋ ਗੁਰੂ ਕੀ ਸਾਧ ਸੰਗਤ,
ਇਹ ਜੀਵਨ ਵਿੱਚ ਸਤਿਗੁਰ ਸਾਨੂੰ ਵਾਰ ਵਾਰ ਸਮਝਾਉਂਦਾ, ਵਾਰ ਵਾਰ ਸਮਝ ਦਿੰਦੀ ਹੈ ਬਾਣੀ, ਵਾਰ ਵਾਰ ਸਾਨੂੰ ਹਲੂਣਾ ਦਿੰਦੀ ਹੈ ਬਾਣੀ ਵੀ ਆਇਆ ਹੀ ਨਾਮ ਜਪਣ ਵਾਸਤੇ ਹੈ। ਲਗਾ ਕਿਤਕ ਫੰਡੜੇ ਸਭ ਮੁੱਕਦੀ ਚੱਲੀ ਰਹਿਣ, ਜੀਵਨ ਰਾਤ ਤਾਂ ਮੁੱਕਦੀ ਚੱਲੀ ਜਾ ਰਹੀ ਹੈ, ਤੂੰ ਕਿਹੜੀਆਂ ਕੰਮਾਂ ਵਿੱਚ ਲੱਗ ਗਿਆ, ਭਲੇਖਿਆਂ ਵਿੱਚ ਭਰਮਾਂ ਵਿੱਚ ਪੈ ਕੇ ਆਪਣਾ ਜੀਵਨ ਐਵੇਂ ਨਹੀਂ ਬਤੀਤ ਕਰਨਾ। ਸੋ ਗੁਰਮੁਖ ਪਰਿਵਾਰ ਪਿਛੜੀ ਆਤਮਾ ਸਰਦਾਰ ਸੁਰਜੀਤ ਸਿੰਘਲ ਜਿਹਨਾਂ ਨੂੰ ਸਤਿਗੁਰਾਂ ਨੇ ਜਿੰਨਾ ਜੀਵਨ ਸੰਸਾਰ ਵਿੱਚ ਦਿੱਤਾ ਉਹ ਜੀਵਨ ਯਾਤਰਾ ਸੰਪੂਰਨ ਕਰਕੇ ਕੁਝ ਰੋਜ਼ ਪਹਿਲਾਂ ਪਰਮੇਸ਼ਵਰ ਦੇ ਚਰਨਾਂ ਵਿੱਚ ਬਰਾਜੇ। ਪਿੱਛੋਂ ਉਹਨਾਂ ਦੇ ਗੁਰਮੁਖ ਪਰਿਵਾਰ ਅਤੇ ਸਬੰਧੀਆਂ ਨੇ ਮਿਲ ਕੇ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਸਤਿਗੁਰ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਆਪਣੇ ਗ੍ਰਹਿ ਵਿਖੇ ਪਰਸੋਂ ਰੋਜ਼ ਤੋਂ ਸਤਿਗੁਰਾਂ ਕੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ਼੍ਰੀ ਅਖੰਡ ਪਾਤਸ਼ਾਹ ਪਰਿਵਾਰ ਆਰੰਭ ਕਰਾ ਕੇ ਸੰਪੂਰਨਤਾ ਕਰਾਈ, ਅੰਮ੍ਰਿਤ ਵੇਲੇ ਸਮਾਪਤੀ ਹੋਈ। ਉਪਰੰਤ ਆਪ ਜੀ ਸਮੂਹ ਸਾਧ ਸੰਗਤਾਂ ਦੇ ਰੂਪ ਅੰਦਰ ਸਮੂਹ ਸੰਬੰਧੀ ਭੈਣ ਭਰਾ ਰਿਸ਼ਤੇਦਾਰ ਮਿਲ ਕੇ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਆਪਾਂ ਸਤਿਗੁਰ ਜੀ ਦੇ ਚਰਨਾਂ ਵਿੱਚ ਪਹੁੰਚੇ ਹਾਂ। ਗੁਰਮੁਖ ਪਰਿਵਾਰ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਆਪ ਜੀ ਇਸ ਦੁੱਖ ਦੀ ਘੜੀ ਵਿੱਚ ਗੁਰਮੁਖ ਪਰਿਵਾਰ ਦੇ ਦੁੱਖ ਵਿੱਚ ਸਾਂਝੇ ਹੋਣ ਵਾਸਤੇ ਪਹੁੰਚੇ ਹਨ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਸੋ ਗੁਰੂ ਕੀ ਸਾਧ ਸੰਗਤ ਸਾਰਿਆਂ ਨੇ ਮਿਲ ਕੇ ਸਤਿਗੁਰ ਜੀ ਦੇ ਚਰਨਾਂ ਵਿੱਚ ਅਰਦਾਸ ਵਿੱਚ ਸ਼ਾਮਿਲ ਹੋ ਕੇ ਇੱਕ ਮਨ ਹੋ ਕੇ ਅਰਦਾਸ ਕਰਨੀ ਹੈ ਕਿ ਹੇ ਗਰੀਬਨ ਵਾਸ ਸਤਿਗੁਰੂ, ਅਸੀਂ ਭੁੱਲਣਹਾਰ ਜੀਵ ਹਾਂ, ਸੰਸਾਰ ਵਿੱਚ ਰਹਿੰਦੇ ਹਾਂ, ਵਿਚਰਦੇ ਹਾਂ, ਅਨੇਕਾਂ ਭੁੱਲਾਂ ਤੇ ਗਲਤੀਆਂ ਕਰਦੇ ਹਾਂ। ਇਸੇ ਤਰ੍ਹਾਂ ਗੁਰਮੁਖ ਸਰਦਾਰ ਸੁਰਜੀਤ ਸਿੰਘ ਪਿਛੜੀ ਆਤਮਾ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਆਪਣੇ ਜੀਵਨ ਕਾਲ ਦੇ ਅੰਦਰ ਹੋਈਆਂ ਬੇਅੰਤ ਜਾਣੇ ਅਣਜਾਣੇ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਕਾਲ ਵਾਸਤੇ ਨਿਵਾਸ ਬਖਸ਼ਣਾ। ਪਿੱਛੇ ਗੁਰਮੁਖ ਪਰਿਵਾਰ ਅਤੇ ਸੰਬੰਧੀਆਂ ਨੂੰ ਆਪਣੇ ਨਾਮ ਦਾ ਆਸਰਾ ਦੇ ਕੇ ਨਿਵਾਜਣਾ, ਸਬਰ ਅਤੇ ਸੰਤੋਖ ਬਖਸ਼ਣਾ। ਇਹ ਮਾਲਕ ਦੇ ਨਾਮ ਦੇ ਵਿੱਚੋਂ ਹੀ ਸਾਨੂੰ ਮਿਲਣਾ। ਅਖੁ ਸਤਨਾਮ ਸਿਮਰਨ ਬਿਰਧੀ ਕਦੇ ਨਾ ਹੋਈ, ਜਨ ਕੀ ਅਰਦਾਸ ਨਾਨਕ ਜੋੜ ਗੋਬਿੰਦ ਕਾਰ ਪੂਰਨ ਗੁਣਤਾਸ। ਗੁਰੂ ਕੀ ਬਾਣੀ ਦਾ ਸਤਿਕਾਰ ਕਰਦੇ ਹਾਂ, ਗੁਰੂ ਦੀਆਂ ਸੰਗਤਾਂ ਤੇ ਗੁਰਮੁਖ ਪਰਿਵਾਰ ਵੱਲੋਂ ਬੇਅੰਤ ਮਾਇਆ ਪਹੁੰਚੀ ਸਤਿਗੁਰ ਆਪਣੇ ਚਰਨਾਂ ਵਿੱਚ ਸਦੀਵੀ ਕਾਲ ਵਾਸਤੇ ਨਿਵਾਸ ਕੋਸ਼ਿਸ਼ ਕਰਨ। ਆਓ ਮਿਲ ਕੇ ਸਮੂਹ ਸੰਗਤਾਂ ਦੇ ਰੂਪ ਅੰਦਰ ਅਨੰਦ ਸਾਹਿਬ ਦਾ ਜਾਪ ਕਰੀਏ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਮਾਇਆ ਮਿਲ ਪਾਏ ਸਤਿਗੁਰ ਮੈਂ ਪਾਇਆ, ਸਤਿਗੁਰ ਕਾ ਪਾਇਆ ਸਤਿਗੁਰਾਂ ਦਾ ਨਾਮ ਮਨਿਆ।
ਜੀ ਕੀ ਬਤੇ ਸ੍ਰੀ ਗੁਰਜੀ ਸਹਾਰੇ ਬਾਰ ਸ੍ਰੀ ਗੋਤੀ ਬਾਰ ਸਸਮੀ ਇਸਮ ਭਗਵਤੀ ਸਿਮਰਿ ਕੈ ਗੁਰੂ ਨਾਨਕ ਨੇ ਤੇ ਆਏ ਹੇ ਅੰਗ ਗੁਰਤੀਆਂ ਦਾ ਰਾਮਦਾਸ ਸੁਣੀ ਸਹਾਰੇ ਅਜ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਸਿੰਘ ਤੇ ਆਏ ਗਏ ਜੇ ਸ੍ਰੀ ਤੇ ਸੰਭਵ ਜਾਏ ਤੇ ਬਾਦ ਸਿਮਰਿਆ ਕਾਰਨਾਮ ਤੇ ਆਵੈ ਦਹਾਏ ਸੁਰਾਨ ਸਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਸਿੰਘ ਜੀ ਮਹਾਰਾਜ ਸਾਵਧਾਨੀ ਸਾਹਿਬ ਸੰਵਾਦ ਸਿੰਘ ਜੋ ਦਿੱਤਰਵਾਣੀ ਗੁਰੂ ਗ੍ਰੰਥ ਸਾਹਿਬ ਜੀ ਕੇ ਬਾਰ ਦੀ ਦਾਤਾ ਦੀ ਅੰਤਰ ਖਾਲਸਾ ਜੀ ਸਹਾਇ ਬੋਲਾਂ ਜੀ ਸ੍ਰੀ ਸਰਬੱਤ ਗੁਰੂਆਂ ਦੇ ਅੰਤਰ ਖਾਲਸਾ ਜੀ ਸਾਹਿਬ ਬੋਲਾਂ ਜੀ ਸ੍ਰੀ ਜਿੰਨਾ ਗੁਰੂਖਾ ਨਾਮ ਜਪੇ ਹਵਨ ਸਿਖਿਆ ਦੇਖ ਚਲਾਈ ਤੇ ਵਾਰੀ ਧਨ ਵੀ ਸੁਤੇ ਚਾਰ ਘੜੀਆਂ ਚੜੇ ਵਨ ਨਾਮ ਬੜਵਾਏ ਨਾਰਾਇਣ ਚੜਵਾਏ ਗੁਰਦਾਇਨ ਸੇਵਾ ਸਾਧ ਕਰਵਾਣੀ ਕੀਤੀਆਂ ਤੇ ਆਪ ਸਿੰਘੋ ਸਿੰਘ ਨੇ ਆਪਣੀਆਂ ਦੀ ਕਮਾਈ ਦਾ ਨਿਹੰਤ ਹੈ ਖਾਲਸਾ ਜੀ ਸਾਹਿਬ ਬੋਲਾ ਜੀ ਸ੍ਰੀ ਸਰਬੱਤ ਸਿੰਘਾਸਾ ਜੀ ਕੀ ਅਰਦਾਸ ਹੈ ਸਮੁਦਾਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਤਾਰਾ ਅਕਸ਼ਰ ਹੈ ਦੇਵ ਦੇਵ ਦੇਵਤ ਕੀ ਪੈ ਪੰਡ ਕੇ ਜੀ ਸ੍ਰੀ ਸਭ ਸਾਹਿ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸ੍ਰੀ ਸਿੱਖਾਂ ਨੂੰ ਸਿੱਖੀ ਦਾਨ ਵਿਵੇਕ ਦਾਨ ਵਿਵੇਕ ਦਾਨ ਉਸਾ ਦਾਨ ਉਸਾ ਦਾਨ ਦਾਨ ਹਰਿਕਮ ਸਾਜਾ ਸਿੰਘ ਸਾਨ ਚੌਂਕੀਆਂ ਡੰਡੇ ਤੇ ਗੁਰੂ ਦੁਆ ਟਲ ਧਰਮ ਕਰੇ ਟਲ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਸੰਸਾਰ ਯਾਤਰਾ ਕਰਦੇ ਹੋਏ ਕਦੀ ਸਮਾਪਤੀ ਗ੍ਰੰਥ ਪਾਮ ਦਵਾਰ ਜੋ ਸਭ ਸੰਸਾਰ ਕ੍ਰਿਸ਼ਨ ਅਨਾ ਸਾਹਿਬ ਕੀਰਤਨ ਗੁਰੂ ਗੁਰਵਾਰਤਨੀ ਨੇ ਆਪਣੇ ਬਾਣੀ ਸੁਣੀ ਅਨਾ ਸਿੰਘ ਸੰਤਾਂ ਦੇ ਹਾਰੇ ਗੁਣ ਕਰਨ ਸੁਖੁਰ ਜੀ ਇਸੇ ਨਿਤ ਪਰਿਵਾਰ ਵੱਲੋਂ ਵਸੇ ਵਿਗਿਆਨੀਆਂ ਵਿੱਚੋਂ ਗੁਰੂ ਕੇ ਬਿੰਦਵਾਰ ਦੇ 11,000 ਰੁਪਇਆ ਸੁਣਨ ਸਿੱਖ ਸੰਗਤਾਂ ਵੱਲੋਂ ਦੇ ਰੁਲ ਕਾਮਾ ਹੋਈਆਂ ਸੁਖੁਰ ਜੀ ਕੀਤਾ ਦਾਮ ਤਲੀ ਭੂਤ ਕਰਨਾ ਸਵਰਗੀ ਆਤਮਾ ਨੂੰ ਆਪਦੇ ਚਰਨਾ ਚਰਲੀਨ ਪਾਉਣਾ ਆਵਾਗਮ ਦੇ ਚੱਕਰ ਤੋਂ ਉਠਾਉਣਾ ਹੋਈਆਂ ਕਮੀਆਂ ਹੋਈਆਂ ਦੇ ਦੱਸਣਾ ਜੀ ਪਰਿਵਾਰ ਦੇ ਸਿੱਧੇ ਮੇਰ ਪ੍ਰਿਆ ਕਰਨਾ ਇਤਨੇ ਗੁਰੂ ਘਰ ਦੀ ਸੇਵਾ ਨਾ ਮਰਨਾ ਪਿਆਰ ਕਮੀਆਂ ਸੁਲਤਾਨੀਆਂ ਕਰਸੇ ਗਿਆਨੇ ਵਿੱਚ ਮਹਾਨ ਪ੍ਰਾਪ ਸਾਰੀਆਂ ਦੇਗਾ ਆਪਦੇ ਦਰ ਪ੍ਰਵਾਨ ਨੂੰ ਪ੍ਰਵਾਨ ਹੋਇਆ ਸਾਹ ਪ੍ਰਵਰਤੇ ਜੋ ਸਦੇਵ ਸਵਰਦਾਰੀ ਨਾਮ ਰੂਪੇ ਅਲਾਈ ਹੁਕਮਨਾ ਵਿਸ਼ਵਾਸ ਕਰੋ ਜੀ ਆਨਿਆ ਸਿਸਨਾਂ ਕੁਤਾ ਕਰੁਣਾਨ ਕਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਲੇ ਸੋਨਿਆ ਸਰੀਆ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਨਕ ਮਾਤਾ ਸੁਖੀ ਹੋਏ
ਅੰਤ ਹੈ ਮਿਲੇ ਗੋਪਾਲ ਸਭ ਦੁਆਰ ਕੋ ਚਾੜ ਗਏ ਇਹੋ ਤੁਹਾਰੂ ਦੁਆਰ ਬਾਣੀ ਵਿਨ ਕੀ ਰਾਜਿਆਸ ਗੋਬਿੰਦ ਦਾਸ ਤੁਹਾਰ ਸੋ ਕਹੋ ਡਲ ਗੁਰੂ ਸੇ ਮੀ ਹੈ ਐਨ ਸੋਈ ਸਹਿਜ ਸੁਭਾਈ ਦਰਸ਼ਨ ਜਨਮ ਮਰਨ ਦੁੱਖ ਜਾਏ ਸਦਨਾ ਵਾਹਿਗੁਰੂ ਸਾਹਿਬ ਜੀਓ ਤੁਹਾਡੀ ਸਭ ਕੋਈ ਆਈ ਵਾਰੀਏ ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਸਾਹਿਬ ਦੀ ਦੁਨੀਆਂ ਦੇ ਮਾਲਕ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਾਨੂੰ ਸਾਰੇ ਜੀਵਾਂ ਨੂੰ ਆਸਾ ਜੀ ਦੀ ਵਾਰ ਦੀ ਬਾਣੀ 'ਚ ਸਮਝਾਉਂਦੇ ਹਨ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਏ। ਜੋ ਵੀ ਪ੍ਰਾਣੀ ਇਸ ਦੁਨੀਆਂ 'ਤੇ ਆਇਆ ਉਸਨੇ ਇੱਕ ਨਾ ਇੱਕ ਦਿਨ ਜਾਣਾ ਵੀ ਜ਼ਰੂਰ ਹੈ। ਕੋਈ ਬਿਰਧ ਅਵਸਥਾ 'ਚ ਚਲਾ ਜਾਂਦਾ ਹੈ, ਕੋਈ ਭਰ ਜਵਾਨੀ 'ਚ ਚਲਾ ਜਾਂਦਾ ਹੈ, ਕੋਈ ਬਾਲ ਅਵਸਥਾ 'ਚ ਚਲਾ ਜਾਂਦਾ ਹੈ, ਅਤੇ ਕੁਛ ਪ੍ਰਾਣੀ ਐਸੇ ਵੀ ਹੁੰਦੇ ਹਨ ਜੋ ਇਸ ਦੁਨੀਆਂ 'ਤੇ ਆਉਣ ਤੋਂ ਪਹਿਲਾਂ ਹੀ ਚਲੇ ਜਾਂਦੇ ਹਨ, ਭਾਵ ਕਿ ਮਾਤਾ ਦੇ ਗਰਭ ਅਵਸਥਾ 'ਚ ਚਲੇ ਜਾਂਦੇ ਹਨ। ਜਿਹੜਾ ਕੋਈ ਜਿੰਨੀ ਸਵਾਸਾ ਰੂਪੀ ਪੂੰਜੀ ਧੁਰੋਂ ਲਿਖਾ ਕੇ ਆਇਆ, ਉਨੀ ਹੀ ਸਵਾਸਾ ਰੂਪੀ ਪੂੰਜੀ ਭੋਗ ਕੇ ਇਸ ਦੁਨੀਆਂ ਤੋਂ ਹਮੇਸ਼ਾ ਲਈ ਕੂਚ ਕਰ ਜਾਂਦਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ, ਕਿਸ ਨਾਲ ਕੀਚੈ ਦੋਸਤੀ, ਤੁਸੀਂ ਕਿਸ ਨਾਲ ਦੋਸਤੀ ਕਰੋਗੇ, ਕਿਸ ਨਾਲ ਪਿਆਰ ਪਾਓਗੇ, ਤੁਹਾਡੇ ਮਾਂ ਬਾਪ, ਭੈਣ ਭਰਾ, ਸਕੇ ਸੰਬੰਧੀ ਸਭ ਨੇ ਇੱਕ ਨਾ ਇੱਕ ਦਿਨ ਇਸ ਦੁਨੀਆਂ ਤੋਂ ਚਲੇ ਜਾਣਾ ਹੈ। ਜੇ ਇਸ ਇੱਥੇ ਜੇ ਰਹਿਣਾ ਹੈ ਤਾਂ ਕੇਵਲ ਉਸ ਪਰਮਾਤਮਾ ਦਾ ਨਾਮ ਹੀ ਰਹਿਣਾ ਹੈ, ਸੋ ਸਾਨੂੰ ਸਾਰਿਆਂ ਨੂੰ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ। ਗੁਰੂ ਸਾਹਿਬ ਆਖਦੇ ਹਨ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਵ, ਤੂੰ ਮੇਰਾ ਭਰਾਤਾ। ਤੂੰ ਹੀ ਮੇਰਾ ਪਿਤਾ ਹੈ ਅਤੇ ਤੂੰ ਹੀ ਮੇਰੀ ਮਾਤਾ ਹੈ, ਮੇਰਾ ਬੰਦਵ, ਮੇਰਾ ਭਰਾ, ਮੇਰਾ ਸਭ ਕੁਛ ਹੀ ਤੂੰ ਹੈ। ਸੋ ਕੇਵਲ ਉਸਦਾ ਨਾਮ ਹੀ ਸਾਨੂੰ ਜਪਣਾ ਚਾਹੀਦਾ ਹੈ, ਕਦੀ ਭੁੱਲਣਾ ਨਹੀਂ ਚਾਹੀਦਾ। ਸੋ ਗੁਰੂ ਪਿਆਰੇ ਸਾਹਿਬ ਸਿੰਘ ਜੀ, ਅੱਜ ਅਸੀਂ ਸਵਰਗਵਾਸੀ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਗਿੱਲ, ਜੋ ਕਿ ਥੋੜ੍ਹੇ ਦਿਨ ਪਹਿਲਾਂ ਹੀ ਆਪਣੀ ਸਵਾਸਾ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਰਾਜੇ ਸਨ, ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ 'ਚ ਦੁੱਖ ਸਾਂਝਾ ਕਰਨ ਲਈ ਇਕੱਤਰ ਹੋਏ ਹਨ। ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ, ਰਿਸ਼ਤੇਦਾਰਾਂ ਦਾ, ਦੋਸਤ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਹਿੰਦਾ ਹੈ। ਸਾਡੇ ਦਰਮਿਆਨ ਵਾਰਡ ਨੰਬਰ 66 ਦੇ ਕੌਂਸਲਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਘਟੋੜੇ, ਉਹ ਵੀ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ 'ਚ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਨ। ਪਰਿਵਾਰ ਵੱਲੋਂ ਰਣਜੀਤ ਸਿੰਘ ਦਾ ਧੰਨਵਾਦ। ਮੱਲਾ ਸੁਧਾਰ ਕਮੇਟੀ ਦੇ ਮੈਂਬਰ ਸਵਾਰ ਵੀ ਪਹੁੰਚੇ ਹਨ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ, ਪਰਿਵਾਰ ਵੱਲੋਂ ਹਰ ਪਰਿਵਾਰ ਦਾ ਜੀ ਦਾ ਧੰਨਵਾਦ। ਜਨਤਾ ਨਗਰ ਸਮਾਲ ਸਕੇਲ ਐਸੋਸੀਏਸ਼ਨ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਠੁਕਰਾਲ ਵੀ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਨ। ਪਰਿਵਾਰ ਵੱਲੋਂ ਜਸਵਿੰਦਰ ਸਿੰਘ ਦਾ ਧੰਨਵਾਦ। ਸਾਬਕਾ ਕੌਂਸਲਰ ਬਲਬੀਰ ਸਿੰਘ ਜੀ ਵੀ ਪਹੁੰਚੇ ਹਨ, ਪਰਿਵਾਰ ਵੱਲੋਂ ਬਲਬੀਰ ਸਿੰਘ ਜੀ ਦਾ ਧੰਨਵਾਦ। ਜਨਤਾ ਨਗਰ ਸਮਾਲ ਸਕੇਲ ਵੱਲੋਂ ਪਰਿਵਾਰ ਨੂੰ ਸ਼ੋਕ ਮਤਾ ਭੇਜਿਆ ਗਿਆ ਹੈ, ਪਰਿਵਾਰ ਵੱਲੋਂ ਧੰਨਵਾਦ। ਸੋ ਅਸੀਂ ਹੁਣ ਬੇਨਤੀ ਕਰਦੇ ਹਾਂ ਕਿ ਕੇਵਲ 2 ਮਿੰਟ ਲਈ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਟਕਰਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ, ਆਪਸੀ ਸੰਤਾਂ ਨਾਲ ਦੁੱਖ ਸਾਂਝਾ ਕਰਕੇ। ਸਰਦਾਰ ਸੁਰਜੀਤ ਸਿੰਘ ਜੀ ਗਿੱਲ ਲਈ ਅੰਤਮ ਅਰਦਾਸ ਵਿੱਚ ਸ਼ਾਮਲ ਗੁਰੂ ਰੂਪ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਦੁੱਖ ਦਾ ਸਮਾਂ ਹੈ, ਬਾਪੂ ਜੀ ਸਾਨੂੰ ਸਦੀਵੀ ਕਾਲ ਲਈ ਵਿਛੋੜਾ ਦੇ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਆਪਦਾ ਚਲੇ। ਗੁਰੂ ਸਾਹਿਬ ਦਾ ਫਰਮਾਨ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਜੋ ਵੀ ਇਨਸਾਨ ਇਸ ਧਰਤੀ 'ਤੇ ਆਇਆ ਉਹਨੇ ਇੱਕ ਨਾ ਇੱਕ ਦਿਨ ਚਲੇ ਜਾਣਾ। ਅਤੇ ਬਾਪੂ ਜੀ ਨੂੰ ਜੋ ਗੁਰੂ ਸਾਹਿਬ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਸੀ, ਉਹਦਾ ਭੁਗਤਾਨ ਕਰਦੇ ਹੋਏ ਗੁਰੂ ਚਰਨਾਂ 'ਚ ਆਵਰਾ 'ਚ ਹੈ।
ਅੱਜ ਵੱਡਾ ਦੁੱਖ ਅਤੇ ਅਫਸੋਸ ਹੈ ਬਾਪੂ ਜੀ ਦੇ ਜਾਣ ਨਾਲ ਜੋ ਪਰਿਵਾਰ ਨੂੰ ਦੁੱਖ ਔਰ ਘਾਟਾ ਪਿਆ। ਮੈਂ ਸਮਝਦਾ ਕਿ ਉਸ ਘਾਟੇ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਆਪਣੇ ਵੱਲੋਂ, ਆਪਣੀ ਕਾਂਗਰਸ ਪਾਰਟੀ ਵੱਲੋਂ, ਮੈਂਬਰ ਪਾਰਲੀਮੈਂਟ ਸਰਦਾਰ ਰਵਨੀਤ ਸਿੰਘ ਜੀ ਬਿੱਟੂ, ਸਰਦਾਰ ਕਮਲਜੀਤ ਸਿੰਘ ਜੀ ਕੜਵਲ ਸਾਹਿਬ ਜਿਨ੍ਹਾਂ ਨੇ ਅੱਜ ਆਉਣਾ ਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ, ਸਿਹਤ ਨਾ ਠੀਕ ਹੋਣ ਕਰਕੇ ਪਹੁੰਚ ਨਹੀਂ ਸਕੇ, ਸਰਦਾਰ ਸਰਬਜੀਤ ਸਿੰਘ ਜੀ ਟਹਿਣਾ ਸਾਹਿਬ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਨੇ, ਸਾਰਿਆਂ ਵੱਲੋਂ ਜਿੱਥੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਸ਼ਰੀਕ ਹੁੰਦਾ ਉੱਥੇ ਬਾਪੂ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਸੁਰਜੀਤ ਸਿੰਘ ਜੀ ਦੇ ਗਿੱਲ ਜੀ ਦੇ ਸਪੁੱਤਰ ਸੁਖਰਾਜ ਸਿੰਘ ਜੀ, ਉਹਨਾਂ ਨੂੰ ਦਸਤਾਰ ਦਿੱਤੀ ਜਾਏਗੀ ਗੁਰੂ ਘਰ ਵੱਲੋਂ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਦਸਤਾਰ ਪ੍ਰਾਪਤ ਕਰ, ਉਹਨਾਂ ਨੂੰ ਦਸਤਾਰ ਦੀ ਦੇਵ ਦੀ ਸੇਵਾ ਕਰ ਰਹੇ ਹਨ ਗੁਰੂ ਘਰ ਦੇ ਮੁੱਖ ਸੇਵਾਦਾਰ ਹਰਨੇਕ ਸਿੰਘ ਜੀ ਮਨ ਜੀ ਵੱਲੋਂ ਪਰਿਵਾਰ ਦਾ, ਸੁਖਰਾਜ ਸਿੰਘ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਪਹਿਲਾਂ ਵੀ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਕਾਫੀ ਸੇਵਾ ਨਿਭਾਈਆਂ ਜਾ ਰਹੀਆਂ ਹਨ ਅਤੇ ਪੂਰਾ ਪਰਿਵਾਰ ਹੀ ਗੁਰੂ ਘਰ ਨਾਲ ਜੁੜਿਆ ਹੋਇਆ ਹੈ। ਸੋ ਅਸੀਂ 11,000 ਦਮੜੇ ਗੁਰੂ ਘਰ ਵਿਖੇ ਬੋਲੇ ਪਰਿਵਾਰ ਵੱਲੋਂ ਬੇਨਤੀ ਹੈ ਕਿ ਜਿਨ੍ਹਾਂ ਪਿਆਣੇ ਨੇ ਹਾਲੇ ਤੱਕ ਗੁਰੂ ਕੇ ਲੰਗਰ ਨਹੀਂ ਛਕੇ, ਉਹ ਥੱਲੇ ਲੰਗਰ ਹਾਲ ਦੇ ਵਿੱਚ ਗੁਰੂ ਕੇ ਲੰਗਰ ਚੱਲ ਰਹੇ ਹਨ, ਗੁਰੂ ਕੇ ਲੰਗਰ ਛਕ ਜਾਣ ਦੀ ਕਿਰਪਾਲਤਾ ਕਰੋ।